उंसलर वेल बीग कोच एंड पब्लिक स्पीकर टुडेज मॉर्निंग हुक्मनामा फ्रॉम श्री दरबार साहेब अमृतसर इज बाय श्री गुरु नानक देव जी इन राग सोरठ अंग फाइव नाइन्टी एट ऑफ श्री गुरु ग्रंथ साहेब जी ਕਰਦੇ ਆ ਸਮਝਦੇ ਆ ਫਿਰ ਆਪਣੀ ਜ਼ਿੰਦਗੀ ਵਿੱਚ ਅਮਲ ਕਰਦੇ ਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪਹਿਲਾ ਜਿਸ ਜਲ ਨਿਦਕਾਰਣ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ ਛੋਡੋ ਵੇਸ ਪੇਖ ਚਤੁਰਾਈ ਦੁਬਿਦਾ ਇਹ ਫਲ ਨਾਹੀ ਜੀਓ ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ बाहर टूडत बहुत दुख पावे कर अमृत कट माही जियो रहाओ विच मीन्स ट्रेजर ऑफ नाम नेक्टर फॉर विच यू आर बॉर्न एज ह्यूमन इन दिस वर्ल्ड इज विद गुरु प्रसैप्टर रिनाउ सिथाइस डिजगाइज एंड क्लेवर ट्रिक्स डुअलिटी कैन नॉट बिस्टोर दिस नाम नेक्टर्स फ्रूट ओ माई माइंड रिमेन स्टडी विदाउट फॉल्टरिंग अवे By searching Naam outside your inner self, you will suffer reincarnation torment. Naam nectar is within your inner heart home. Now let's relate this with our day-to-day -day life so that we can implement it today. Okay, and in a cleverly. ट्रिक्स करण ਨਾਲ ਕੋਈ ਬਹੁਤ ਲੰਬੇ ਸਮੇਂ ਤੱਕ ਰਿਜ਼ਲਟਸ ਨਹੀਂ ਆਂਦੇ ਹੋ ਸਕਦਾ ਛਲ ਕਪਟ ਕਰਨਾ ਉਸ ਟਾਈਮ ਤੁਹਾਡੇ ਕੋਲ ਥੋੜਾ ਬਹੁਤ ਰਿਜ਼ਲਟ ਜ਼ਰੂਰ ਆ ਜਾਏ ਤੁਹਾਨੂੰ ਥੋੜੀ ਬਹੁਤ ਝੂਠੀ ਖੁਸ਼ੀ ਜ਼ਰੂਰ ਮਿਲ ਜਾਏ ਬਟ ਉਹ ਲੰਬੇ ਸਮੇਂ ਤੱਕ ਨਹੀਂ ਚੱਲਦਾ ਇਸ ਤਰ੍ਹਾਂ ਦਾ ਐਟੀਟਿਊਡ ਲੌਂਗ ਰਨ ਵਾਸਤੇ ਤੁਹਾਡੇ ਵਾਸਤੇ ਮੁਸੀਬਤ ਲੈ ਕੇ ਆਂਦਾ ਹੈ ਇੱਕ ਟ੍ਰੇਨ ਵਿੱਚ 12 ਮੁੰਡੇ ਸਫ਼ਰ ਕਰ ਰਹੇ ਹੁੰਦੇ ਨੇ ਦਿਮਾਗ ਵਿੱਚ ਸ਼ਰਾਰਤ ਆਂਦੀ ਹੈ ਸੋਚਦੇ ਨੇ ਟ੍ਰੇਨ ਦੇ ਚੇਨ ਖਿੱਚਦੇ ਆ ਬੜਾ ਮਜ਼ਾ ਆਏਗਾ ਉਹ ਕਹਿੰਦੇ ਨਹੀਂ ਫਾਈਨ ਲੱਗ ਜਾਏਗਾ ਇਹ ਵੀ ਦਿਮਾਗ ਵਿੱਚ ਥੋਟ ਆਂਦਾ ਹੈ ਫਿਰ ਸੋਚਦੇ ਨੇ ਕਿ ਕਿੰਨਾ ਕੁ ਫਾਈਨ ਲੱਗ ਜਾਏਗਾ ਚਲੋ 100-100 ਰੁਪਏ ਪੂਲ ਕਰਦੇ ਆ ਦੇਖਦੇ ਆ ਕਿੰਨਾ ਫਾਈਨ ਲੱਗਦਾ ਹੈ ਤੇ ਉਹ 100-100 ਰੁਪਏ ਪੂਲ ਕਰਕੇ ਇੱਕ ਮੁੰਡਾ ਦੀ ਡਿਊਟੀ ਲਾਉਂਦੇ ਨੇ ਤੂੰ ਆਪਣੀ ਪਾਕਟ ਵਿੱਚ ਪਾ ਲੈ ਤੇ ਫਿਰ ਦੇਖਦੇ ਆ ਜਦੋਂ ਟ੍ਰੇਨ ਦੀ ਅਥਾਰਟिटीज ਆਣ ਕੇ ਆਤੇ ਦੇਖਦੇ ਆ ਕੀ ਹੁੰਦਾ ਹੈ ਤੇ ਉਹ 1200 ਰੁਪਏ ਇਕੱਠੇ ਕਰਕੇ ਇੱਕ ਜਣੇ ਦੀ ਪਾਕਟ ਵਿੱਚ ਰੱਖ ਦਿੰਦੇ ਨੇ ਟਰੇਨ ਖਿੱਚ ਲੈਂਦੇ ਨੇ ਟਰੇਨ ਰੁਕ ਜਾਂਦੀ ਏ ਸੋ ਦ ਟ੍ਰੇਨ ਅਥਾਰਟੀਜ਼ ਕਮ ਹੁਣ ਉਸੇ ਡੱਬੇ ਵਿੱਚ ਨਾ ਇੱਕ ਏਜਡ ਅੰਕਲ ਬੈਠੇ ਹੁੰਦੇ ਨੇ ਉਹ ਇਹ ਸਭ ਕੁਝ ਦੇਖ ਰਹੇ ਹੁੰਦੇ ਨੇ ਹੁਣ ਉਹ ਉਹਨਾਂ ਦਾ ਪੂਰਾ ਫੇਥ ਰੱਬ ਤੇ ਹੁੰਦਾ ਹੈ ਹੀ ਇਜ਼ ਟੋਟਲੀ ਡੈਡੀਕੇਟਿਡ ਟੁਵਰਡਸ ਆਲ ਮਾਈਟੀ ਐਂਡ ਹੀ ਇਜ਼ ਫੁੱਲ ਆਫ ਵਿਜ਼ਡਮ ਤੇ ਉਹ ਇਹ ਸਭ ਕੁਝ ਦੇਖ ਰਹੇ ਹੁੰਦੇ ਨੇ ਐਂਡ ਹੀ ਇਜ਼ ਕੁਆਇਟ ਉਹ ਜਦੋਂ ਟ੍ਰੇਨ ਦੀਆ ਅਥਾਰਟਿਜ਼ ਅੰਨੇ ਲੋਗ ਉਹ ਕਹਿੰਦੇ ਨੇ ਕਿ ਹਾਂਜੀ ਭਈ ਚੇਨ ਕਿਉਂ ਖਿੱਚੀ ਇੱਕ ਮੁੰਡੇ ਦੇ ਦਿਮਾਗ 'ਚ ਆਂਦਾ ਹੈ ਕਿ ਸਾਡੇ ਪੈਸੇ ਵੀ ਵੱਜ ਜਾਣਗੇ ਤੇ ਉਹ ਨਾ ਉਹ ਅੰਕਲ ਵਾਲ ਦੇਖਦੇ ਕਹਿੰਦੇ ਅਸੀਂ ਨਹੀਂ ਟ੍ਰੇਨ ਚੇਨ ਖਿੱਚੀ ਇਹ ਜਿਹੜੇ ਅੰਕਲ ਬੈਠੇ ਨੇ ਨਾ ਇਹਨਾਂ ਨੇ ਚੇਨ ਖਿੱਚੀ ਹੈ ਨਾ ਦੈਟ men ਸਟਿਲ ਰਿਮੇਨਸ ਕਵਾਈਟ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਇੱਥੇ ਬਹਿਸ ਕਰਨ ਨਾਲ ਕੋਈ ਫਾਇਦਾ ਨਹੀਂ ਹੈ ਨਾਓ ਹੀ ਨੀਡਸ ਟੂ ਯੂਜ਼ ਹਿਸ ਵਿਜ਼ਡਮ ਉਹ ਕਹਿੰਦੇ ਨੇ ਹਾਂ ਭਈ ਉਹਨਾਂ ਕੋ ਪੁੱਛਦੇ ਨੇ ਭਈ ਤੁਸੀਂ ਚੇਨ ਖਿੱਚੀ ਹੈ ਉਹ ਕਹਿੰਦੇ ਹਾਂ ਮੈਂ ਚੇਨ ਇਸ ਕਰਕੇ ਖਿੱਚੀ ਹੈ ਕਿਉਂਕਿ ਇਹ ਮੈਨੂੰ ਬੜੇ ਤੰਗ ਕਰ ਰਹੇ ਸੀ ਇਹਨਾਂ ਨੇ ਮੇਰੇ ਕੋਲੋਂ ਮੇਰੇ 1200 ਰੁਪਏ ਖੋਲੇ ਕਹਿੰਦੇ ਅਗਰ ਤੁਹਾਨੂੰ ਵਿਸ਼ਵਾਸ ਨਹੀਂ ਹੁੰਦਾ ਤੇ ਇਸ ਮੁੰਡੇ ਨੇ ਆਪਣੀ ਪਾਕਟ ਵਿੱਚ ਮੇਰੇ 1200 ਰੁਪਏ ਪਾਏ ਨੇ ਨਾਉ ਉਹਦੀ ਚੈਕਿੰਗ ਹੁੰਦੀ ਹੈ 1200 ਰੁਪਏ ਨਿਕਲਦੇ ਨੇ ਉਹ 1200 ਰੁਪਏ ਲੈ ਕੇ उन्हें जेडे एज अंकल बैठे होंगे ने उन्होंने पकड़ा देंद काउ यू नीड टू जस्ट गेट डाउन ऑफ द ट्रेन अगला जिमें स्टेसन आंदी ट्रेन तो उतरो ने बारह सौ रुपए भी गवाए ट्रेन तो नीचे भी उतार दे गए सो नैवर मैसराउंड विद द परसन हू इज़ फुल ऑफ विजडम जोड़ा पूरी तरह ऑल माइटी वल इनकलाइंट है ਨੈਕਸਟ ਇਸ ਇੰਪੋਰਟੈਂਸ ਆਫ ਗੁਰੂ ਐਕਚੁਅਲੀ ਜਦੋਂ ਸਾਡੇ ਦਿਮਾਗ ਵਿੱਚ ਡਿਊਅਲਿਟੀ ਹੋਵੇ ਬਹੁਤ ਤਰ੍ਹਾਂ ਦੀ ਕਨਫਿਊਜ਼ਨ ਹੋਵੇ ਇੱਕ ਸਿੰਪਲ ਜੀ ਚੀਜ਼ ਹੈ ਕਹਿੰਦੇ ਨਾ ਗੋ ਟੂ ਦਾ ਐਕਸਪਰਟ ਗੋ ਟੂ ਦਾ ਐਕਸਪਰਟ ਗੈਟ ਦਾ ਕੰਸਲਟੇਸ਼ਨ ਉਹਦੇ ਨਾਲ ਕੀ ਹੈ ਜਿਹੜੀ ਤੁਹਾਡੇ ਦਿਮਾਗ ਦੀ ਕਨਫਿਊਜ਼ਨ ਹੁੰਦੀ ਹੈ ਦਾ ਵੇ ਯੂ ਆਰ ਬੈਂਗਿੰਗ ਯੋਰ ਹੈਡ ਅਗੇਨਸ ਦਾ ਵਾਲ ਉਹ ਸਭ ਚੀਜ਼ਾਂ ਕੋਪ ਅਪ ਹੋ ਜਾਂਦੀਆਂ ਨੇ ਐਂਡ ਦੈਨ ਅਲਟੀਮੇਟਲੀ ਯੂ ਗੈਟ ਦਾ ਕਲੈਰਟੀ ना अस कहने कि अंदगी बहुत कुछ करना है बट सब तो प्राइमरी चीज की है वो वे टू अप्रीशिएट दिस क्रिएशन सी देर इज अ क्रिएटर उसने इन्नी सोहनी कुदरत बनाई है सब तो पहले असी उसशिएट तो करिए अदरवाइज डोंट शूड थिंक दैट दिस इज अ पैराडॉक्स कि असी जिंदगी करना तो बहुत कुछ है बहुत व्डिया व्डिया एम्बीशन लैके अस चलते बट ये सब सैकेंडरी है प्राइमरी चीज तो अस कर ही नहीं रहे होंगे जिस दुनिया अस पैदा हुए एटलीस्ट जीवन सफल वास्ते जिस क्रिएटर ने एनी खूबसूरत रचना की उसको अप्रीशिएट तो करिए एंड देन इज दैट प्रेयर रब के अगर प्रार्थना करना उन्हें सरेंडर कर देना बिकॉज प्रेयर इज एन ऑपरचुनिटी टू पुट आवर बॉडी एंड माइंड टू द स्टेट ऑफ पीस एंड बी क्वाइट सो हूँ प्रेयर सू किस तरह हेल्प कर दी है दिस हेल्प्स अस टू कनेक्ट विद द यूनिवर्सल फोर्स बेटर इट इज़ जस्ट अ ब्यूटीफुल वे टू स्पेंड टाइम विद द ऑल माइटी टू स्पेंड टाइम विद द क्रिएटर सो जो असी रब के अगर प्रेयर करिए ना उस टाइम बैटर असी अपने आइडियाज़ डाउन रखिए असी अस करते बस बबा जी ये दे, दियो, ओ दे दियो, एंज कर दो उ कर दो वी आर नॉट द कंसल्टेंट्स सो बैटर कीप ऑर आइडियाज़ डाउन सरेंडर एंड सीक द कलैरिटी कि बबा जी सू गाइडेंस दियो so सू एक रस्ता दिखाओ जिस चल सकी सो अज so, एक प्रैक्टिस करते हैं जिते जिते कन्फ्यूजन है नैवर लाइक like, कोई दो राय ना बनाओ अपने एक किसी एक्सपर्ट को लो सलाह लो इम्पोर्टेंस ऑफ गुरु इन लाइफ देन सेकंड इज कि बहुत ज़्यादा जिते दिमाग क्लैबर ट्रिक्स आते हैं छल कपट ये चीजा बहुत देर तक नहीं चलदिया अल्टीमेटली गैट द कलैरिटी सच्चाई का रनाओ एंड हैव

ਜਦੋਂ ਤੱਕ ਤੁਸੀਂ ਗੁਰਬਾਣੀ ਨੂੰ ਇੰਪਲੀਮੈਂਟ ਨਹੀਂ ਕਰੋਗੇ ਥਿਸ ਵਿਲ ਜਸਟ ਬੀ ਲਾਈਕ ਅ ਬਿਊਟੀਫੁਲ ਕਨਸੈਪਟ ਸੋ ਜਸਟ ਅਪਲਾਈਟ ਯੂ نو ਪ੍ਰੈਕਟੀਕੈਲਿਟੀ ਇਜ਼ ਵੈਰੀ ਇੰਪੋਰਟੈਂਟ ਜਸਟ ਇਹਨੂੰ ਇੰਪਲੀਮੈਂਟੇਸ਼ਨ ਕਰਕੇ ਦੇਖੋ ਐਂਡ THEN ਸ਼ੇਅਰ ਯੂਰ ਐਕਸਪੀਰੀਐਂਸਸ ਵਿਦ ਮੀ ਟੇਕ ਕੇਅਰ ਬੀ ਬੈਲੈਂਸਡ ਬੀ ਹੈਪੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ